ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਇੱਕ ਪਾਸੇ ਸ਼੍ਰੀ ਫਤਿਹਗੜ੍ਹ ਸਾਹਿਬ 'ਚ ਜੋੜ ਮੇਲ ਚੱਲ ਰਿਹਾ, ਤਾਂ ਦੂਜੇ ਪਾਸੇ ਪੰਜਾਬ ਸਣੇ ਦੁਨੀਆ ਭਰ ਵਿੱਚ ਸਿੱਖ ਸੰਗਤਾਂ ਆਪੋ ਆਪਣੇ ਤਰੀਕੇ ਨਾਲ ਸਾਹਿਬਜ਼ਾਦਿਆਂ ਨੂੰ ਯਾਦ ਕਰ ਰਹੀਆਂ ਨੇ। ਇਸੇ ਤਹਿਤ ਅੰਮ੍ਰਿਤਸਰ ਵਿਖੇ ਹਿਊਮਨ ਰਾਈਟਸ ਸੁਸਾਇਟੀ ਵੱਲੋਂ ਗੱਤਕਾ ਅਤੇ ਪੱਗਾਂ ਦਾ ਕੰਪੀਟੀਸ਼ਨ ਕਰਵਾਇਆ ਗਿਆ, ਜਿਸ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਪੱਗਾਂ ਦੇ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਛੋਟੇ ਬੱਚਿਆਂ ਨੇ ਇਹਨਾਂ ਮੁਕਾਬਲਿਆਂ 'ਚ ਹਿੱਸਾ ਲਿਆ। ਇੰਨਾ ਹੀ ਨਹੀਂ, ਬੱਚਿਆਂ ਦੇ ਕਵਿਤਾ ਮੁਕਾਬਲੇ ਵੀ ਇਸ ਦੌਰਾਨ ਕਰਵਾਏ ਗਏ ਨੇ, ਜਿਸ ਵਿੱਚ ਇੱਕ ਬੱਚੀ ਨੇ ਬੇਹੱਦ ਹੀ ਖੂਬਸੂਰਤ ਕਵਿਤਾ ਗਾ ਕੇ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ। ਦੱਸ ਓਏ ਸਿੱਖਾ, ਹੋਰ ਕੀ ਮੰਗਦੇ, ਮੈਂ ਤਾਂ ਜੋੜਾ ਜੋੜਾ ਵਾਰ ਗਿਆ, ਜੋੜਾ ਜੋੜਾ ਵਾਰ ਗਿਆ। ਦੱਸ ਓਏ ਸਿੱਖਾ, ਹੋਰ ਕੀ ਮੰਗਦੇ, ਮੈਂ ਤਾਂ ਜੋੜਾ ਜੋੜਾ ਵਾਰ ਗਿਆ, ਜੋੜਾ ਜੋੜਾ ਵਾਰ ਗਿਆ। ਮਹਿਲਾਂ ਦੇ ਵਿੱਚ ਰਹਿੰਦਾ ਸਾਂ ਮੈਂ, ਲੋੜ ਸੀ ਮੈਨੂੰ ਕਦੀ ਓਏ, ਲੋੜ ਸੀ ਮੈਨੂੰ ਕਦੀ। ਇੱਕੋ ਗੱਲ ਸੀ ਮਨ ਵਿੱਚ ਮੇਰੇ, ਕੌਮ ਬਚਾਉਣੀ ਸਾਰੀ, ਉਧਰ ਹਿਊਮਨ ਰਾਈਟਸ ਸੁਸਾਇਟੀ ਦੇ ਸੇਵਾਦਾਰਾਂ ਨੇ ਕਿਹਾ ਹੈ ਕਿ ਉਹ ਹਰ ਸਾਲ ਹੀ ਇਹਨਾਂ ਦਿਨਾਂ ਵਿੱਚ ਸ਼ਹੀਦੀ ਦਿਹਾੜਿਆਂ ਨੂੰ ਯਾਦ ਕਰਦਿਆਂ ਪੱਗਾਂ ਦੇ ਮੁਕਾਬਲੇ ਕਰਵਾਉਂਦੇ ਨੇ, ਜਿਸ ਨਾਲ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ ਜਾਂਦੀ ਹੈ। ਸੇਵਾਦਾਰਾਂ ਨੇ ਕਿਹਾ ਹੈ ਕਿ ਉਹ ਚਾਹੁੰਦੇ ਨੇ ਕਿ ਬੱਚੇ ਨਸ਼ੇ ਤੋਂ ਅਤੇ ਪਤਿਤ ਪੁਣੇ ਤੋਂ ਦੂਰ ਰਹਿਣ, ਜਿਸ ਲਈ ਉਹਨਾਂ ਨੂੰ ਪ੍ਰੇਰਿਤ ਵੀ ਕੀਤਾ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਦਾਸ ਜਸਦੇਵ ਸਿੰਘ, ਹਿਊਮਨ ਰਾਈਟਸ ਸੁਸਾਇਟੀ ਦਾ ਸੇਵਾਦਾਰ ਜੀ। ਅਸੀਂ ਹਰ ਸਾਲ ਆਹ ਦਿਨ ਜਿਹੜੇ ਸ਼ਹੀਦੀ ਦਿਹਾੜੇ ਹੁੰਦੇ ਨੇ, ਬੜੇ ਸਿੱਖ ਕੌਮ ਲਈ ਬੜੇ ਮੈਂ ਕਹਿੰਦਾ ਦਰਦਨਾਕ ਦਿਨ ਹੁੰਦੇ ਨੇ, ਅਤੇ ਕੋਈ ਵੀ ਅੱਖ ਐਸੀ ਨਹੀਂ ਹੁੰਦੀ ਜਿਹੜੀ ਆਹ ਦਿਨਾਂ ਦੇ ਵਿੱਚ ਨਮ ਨਾ ਹੋਵੇ, ਅਤੇ ਜਿਹੜੀ ਨਮ ਨਹੀਂ ਹੁੰਦੀ ਅਤੇ ਉਹ ਇਨਸਾਨ ਨੂੰ ਉਹਨੂੰ ਮੈਂ ਇਨਸਾਨ ਨਹੀਂ ਗਿਣਦਾ। ਅਤੇ ਅਸੀਂ ਹਰ ਸਾਲ ਆਹ ਬੱਚਿਆਂ ਦੇ ਨਾਲ ਆਹ ਸ਼ਹੀਦੀ ਜੋੜ ਮੇਲਾ ਸਮਝ ਲਓ ਅਸੀਂ ਮਨਾ ਰਹੇ ਹਾਂ ਇਹ ਬੱਚਿਆਂ ਨਾਲ। ਇਹਦੇ ਨਾਲ ਅਸੀਂ ਚਾਹੁੰਦੇ ਹਾਂ ਕਿ ਬੱਚੇ ਸਾਡੇ ਜਿਹੜੇ ਅੱਜ ਕੱਲ੍ਹ ਤੁਸੀਂ ਵੇਖੋ ਇਹ ਨਸ਼ੇ ਦਾ ਰੁਝਾਨ ਜਾਂ ਪਤੀ ਤਪੁਣੇ ਵੱਲ ਬਹੁਤ ਬੱਚੇ ਵੱਧ ਰਹੇ ਨੇ, ਅਸੀਂ ਕਹੀਏ ਕਹਿੰਦੇ ਹਾਂ ਕਿ ਇਹਨਾਂ ਨੂੰ ਅਸੀਂ ਗਲਵੱਕੜੀ 'ਚ ਲਈਏ, ਅਤੇ ਹਰ ਸਾਲ ਤਿਆਰੀ ਕਰਿਆ ਕਰਨ, ਗੁਰਬਾਣੀ ਕੰਠ ਕਰਿਆ ਕਰਨ, ਅਤੇ ਇਹਨਾਂ ਦੇ ਸੋਚ ਹੋਵੇ ਕਿ ਅਸੀਂ ਪ੍ਰੋਗਰਾਮ 'ਤੇ ਜਾ ਕੇ ਅਤੇ ਇਨਾਮ ਜਿੱਤ ਕੇ ਲਿਆਉਣੇ ਨੇ। ਅਤੇ ਇਹੋ ਉਪਰਾਲਾ ਸਾਡੀ ਟੀਮ ਦਾ ਵਾ। ਕੀ ਉਪਰਾਲਾ ਕੀਤਾ ਗਿਆ? ਉਪਰਾਲਾ ਜੀ, ਅਸੀਂ ਇਹਦੇ ਵਿੱਚ ਸੁੰਦਰ ਦਸਤਾਰ ਮੁਕਾਬਲੇ, ਸੁੰਦਰ ਦੁਪਮਾਲੇ ਮੁਕਾਬਲੇ, ਅਤੇ ਹੁਣ ਇਹ ਭਚੰਗੀ ਖਾਲਸਾ, ਅਤੇ ਫਿਰ ਕਵਿਤਾ ਦੇ ਮੁਕਾਬਲੇ, ਅਤੇ ਫਿਰ ਇਸ ਤੋਂ ਬਾਅਦ ਜਿਹੜਾ ਹੁਣ ਮੈਂ ਕਹਿੰਦਾ ਅਸਲੀ ਜਿਹੜਾ ਨਜ਼ਾਰਾ ਆਉਣਾ ਵਾ, ਹੁਣ ਗੱਤਕੇ ਦੇ ਜ਼ੋਰ ਵਿਖਾਏ ਜਾਣਗੇ। ਸਾਡੀਆਂ ਟੀਮਾਂ ਬੜੀ ਬੜੀ ਦੂਰ ਤੋਂ ਪੰਜਾਬ ਦੇ ਕਈ ਹਿੱਸਿਆਂ ਤੋਂ ਆਈਆਂ ਟੀਮਾਂ ਜਿਹੜੀਆਂ ਹੁਣ ਹੀ ਅਖਾੜੇ 'ਚ ਸੱਜਣਗੀਆਂ, ਅਤੇ ਮਤਲਬ ਕਿ ਜ਼ੋਰ ਵਿਖਾਉਣਗੇ ਆਪਣੇ ਹੁਨਰ ਦੇ ਜ਼ੋਰ ਵਿਖਾਉਣਗੀਆਂ। ਦੱਸੀਏ ਕਿ ਪੰਜਾਬ ਸਣੇ ਤਮਾਮ ਦੁਨੀਆ ਭਰ ਵਿੱਚ 28 ਦਸੰਬਰ ਯਾਨੀ ਕਿ ਅੱਜ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜਿਆਂ ਦੇ ਸੰਬੰਧ 'ਚ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਨੇ। ਉੱਧਰ ਸ਼੍ਰੀ ਫਤਿਹਗੜ੍ਹ ਸਾਹਿਬ ਵਿੱਚ ਅੱਜ ਸ਼ਹੀਦੀ ਜੋੜ ਮੇਲ ਦੇ ਆਖਰੀ ਦਿਨ ਵੱਡਾ ਨਗਰ ਕੀਰਤਨ ਸਜਾਇਆ ਗਿਆ, ਜਿੱਥੇ ਲੱਖਾਂ ਸੰਗਤਾਂ ਨੇ ਨਤਮਸਤਕ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਸੈਂਟਰਲ ਪੰਜਾਬ ਟੀਵੀ।